ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਅੱਜ ਆਪ ਜੀ ਨਾਲ ਇੱਕ ਗੱਲ ਸਾਂਝੀ ਕਰਨੀ ਸੀਗੀ। ਕਾਫੀ ਦਿਨਾਂ ਤੋਂ ਆਪਾਂ ਯੂਟਿਊਬ 'ਤੇ ਕੋਈ ਵੀਡੀਓ ਵੀ ਨਹੀਂ ਪਾਈ, ਕਿਉਂਕਿ ਥੋੜ੍ਹੇ ਬਿਜ਼ੀ ਸੀਗੇ, ਇਸ ਲਈ ਮਾਫੀ ਚਾਹੁੰਦੇ ਹਾਂ। ਇਹ ਗੱਲ ਦਾਸ ਦੇ ਨਾਲ ਸਾਂਝੀ ਲਾ ਲਓ, ਸਿੱਖਾਂ ਦੇ ਨਾਲ ਸਾਂਝੀ ਲਾ ਲਓ। ਉਹ ਗੱਲ ਆ ਕੋਈ, ਮਤਲਬ ਕਿ ਇਹਦੇ ਵਿੱਚ ਗੁਰਮਤਿ ਦੀ ਜਾਂ ਕੋਈ ਉਹ ਗੱਲ ਨਹੀਂ ਹੈਗੀ, ਪਰ ਇੱਕ ਮੋਟੀਵੇਸ਼ਨ ਦੀ ਤੁਸੀਂ ਕਹਿ ਸਕਦੇ ਹੋ, ਇੱਕ ਗੁਰੂ ਦੇ ਨਾਲ ਸਿੱਖ ਦਾ ਪ੍ਰੇਮ ਉਹ ਕਹਿ ਸਕਦੇ ਹੋ। ਇੱਦਾਂ ਹੋਇਆ ਕਿ ਪਿਛਲੇ 6 ਸਾਲਾਂ ਤੋਂ ਦਾਸ ਗੁੱਡ ਲਾਈਫ ਫਿਟਨੈਸ ਜਾ ਰਿਹਾ ਹੈ। ਲੋਕੇਸ਼ਨ ਹਾਈਵੇ 27 ਵੌਨ ਐਂਡ ਮਿਲਾਨੀ ਉੱਥੇ, ਅਤੇ ਪਿਛਲੇ ਕੋਈ 3-4 ਸਾਲ ਤੋਂ ਆਪਾਂ ਉੱਥੇ ਬਾਣਾ ਪਾ ਕੇ ਜਾਂਦੇ ਹਾਂ। ਤਕਰੀਬਨ ਆਪਾਂ ਨੂੰ ਜਿਮ ਵਿੱਚ ਹਰ ਕੋਈ ਬੰਦਾ ਜਾਣਦਾ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਨੂੰ ਘੱਟੋ ਘੱਟ 2 ਸਾਲ ਹੋ ਗਏ ਨੇ, 2-1.5 ਸਾਲ ਆਪਾਂ ਉੱਥੇ ਜਿਮ 'ਚ ਸ਼ੂਟ ਵੀ ਕਰਦੇ ਹਾਂ, ਆਪਣੀਆਂ ਵੀਡੀਓ ਸ਼ੂਟ ਕਰਦੇ ਹਾਂ। ਆਪਾਂ ਕਦੀ ਵੀ ਕਿਸੇ ਹੋਰ ਦੀ ਵੀਡੀਓ ਨਹੀਂ ਬਣਾਈ। ਜਿਨ੍ਹਾਂ ਦੀਆਂ ਰੀਲਾਂ ਆਪਾਂ ਬਣਾਈ ਦੀਆਂ ਨੇ ਉਹ ਆਪਣੇ ਸਿੰਘ ਨੇ, ਉਹਨਾਂ ਨੂੰ ਪੁੱਛ ਕੇ ਬਣਾਈ ਦੀਆਂ ਨੇ, ਉਹ ਆਪਣੇ ਨਾਲ ਹੀ ਟ੍ਰੇਨਿੰਗ ਕਰਦੇ ਨੇ ਜਿਮ ਵਿੱਚ। ਬਿਨਾਂ ਪੁੱਛੇ ਆਪਾਂ ਕਦੀ ਕਿਸੇ, ਮਤਲਬ ਹੋਰ ਕਿਸੇ ਨੂੰ ਆਪਾਂ ਵੀਡੀਓ 'ਚ ਲਿਆਈਦਾ ਨਹੀਂ, ਕਿਉਂਕਿ ਆਪਣਾ ਪਰਸਨਲ ਪੇਜ ਆ। ਇੱਦਾਂ ਆਪਾਂ ਹਰ ਕਿਸੇ ਨੂੰ ਕਾਹਤੋਂ ਲਿਆਈਏ, ਹੈ ਨਾ, ਜਿਹੜੀ ਸਿੱਧੀ ਜੀ ਗੱਲ ਆ, ਕੋਈ ਵੀ ਨਹੀਂ ਲਿਆਉਂਦਾ, ਅਤੇ ਹੈ ਵੀ ਨਹੀਂ, ਕਿਉਂਕਿ ਆਪਣੇ ਕੰਮ ਹੀ ਫਿਟਨੈਸ ਵਾਲਾ ਹੁੰਦਾ ਹੈ, ਅਤੇ ਉਹਦੇ ਵਿੱਚ ਆਪਾਂ ਆਪਣਾ ਹੀ ਜ਼ੋਰ ਜੋ ਵੀ ਆ, ਜੋ ਵੀ ਲਾਉਂਦੇ ਉਹ ਦੱਸੀਦਾ। ਅਤੇ ਗੱਲ ਇੱਦਾਂ ਹੋਈ ਕਿ ਅੱਜ ਤੋਂ 2-3 ਦਿਨ ਪਹਿਲਾਂ ਦਾਸ ਨੂੰ ਇੱਕ ਉੱਥੇ ਗੋਰੀ ਆ 51 ਕੁ ਸਾਲ ਦੀ, ਉਹਦਾ ਫੋਨ ਆਇਆ। ਉੱਥੇ ਜਨਰਲ ਮੈਨੇਜਰ ਆ ਮੇਰੇ ਖਿਆਲ ਨਾਲ, ਕਿ ਉਹਦਾ ਫੋਨ ਆਇਆ, ਕਹਿੰਦੀ ਮਿਸਟਰ ਸਿੰਘ ਵੀ ਤੁਹਾਡੇ, ਤੁਹਾਨੂੰ ਜਿਮ ਵਿੱਚ ਆਪਾਂ ਗੁੱਡ ਲਾਈਫ ਵਿੱਚੋਂ ਆਹ ਵਾਲੀ ਲੋਕੇਸ਼ਨ ਤੋਂ ਬੈਨ ਕਰ ਦਿੱਤਾ ਹੈ। ਅਤੇ ਮੈਂ ਕਿਹਾ ਵਜ੍ਹਾ? ਉਹ ਕਹਿੰਦੇ ਵੀ ਇੱਕ ਤਾਂ ਤੁਸੀਂ ਸ਼ੂਜ਼ ਪਾ ਕੇ ਨਹੀਂ ਆਉਂਦੇ। ਮੈਂ ਕਿਹਾ ਵੀ ਇੱਦਾਂ ਤਾਂ ਕਦੀ ਹੋਇਆ ਹੀ ਨਹੀਂ, ਮੈਂ ਬਿਨਾਂ ਸ਼ੂਜ਼ ਤੋਂ ਕਾਹਤੋਂ ਆਉਣਾ ਆ, ਮੈਂ ਕਿਹੜਾ ਵੀ ਇੰਡੀਆ ਦਲ ਪੰਥ 'ਚ ਰਹਿ ਰਿਹਾ ਵੀ ਨੰਗੇ ਪੈਰ ਘੁੰਮਦਾ, ਹੈ ਨਾ, ਅਤੇ ਇੰਨੀ ਤਾਂ ਗਰਮੀ ਪੈ ਰਹੀ ਆ ਇੱਥੇ, ਅਤੇ ਬਿਨਾਂ ਸ਼ੂਜ਼ ਤੋਂ ਆਉਂਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ, ਵੀ ਕੋਈ ਸੈਂਸ ਹੀ ਨਹੀਂ ਬਣਨ ਦੀ ਜੋ ਤੂੰ ਗੱਲ ਕਹਿ ਰਹੀ ਆ। ਨੈਕਸਟ ਆਉਂਦੀ ਵੀ ਤੂੰ ਵੀਡੀਓ ਸ਼ੂਟ ਕਰਦਾ ਇੱਥੇ, ਅਤੇ ਮੈਂ ਕਿਹਾ ਵੀ ਉਹ ਤਾਂ ਆਪਾਂ ਕਰ ਸਕਦੇ ਹਾਂ, ਮੈਂ ਅੱਜ ਦਾ ਨਹੀਂ ਕਰਦਾ, ਮੈਂ ਪਿਛਲੇ 2-3 ਸਾਲ ਤੋਂ ਕਰਦਾ, ਹੈ ਨਾ। ਜਾਂ ਤਾਂ ਮੈਨੂੰ ਫਸਟ ਡੇ ਕਹਿੰਦੇ ਵੀ ਹਾਂ ਯਾਰ ਤੂੰ ਇੱਥੇ, ਭਾਈ ਸਾਡੀ ਪੋਲਸੀ ਆ ਜਿਮ ਦੀ, ਤੂੰ ਮਤਲਬ ਕਿ ਇੱਥੇ ਵੀਡੀਓ ਸ਼ੂਟ ਨਹੀਂ ਕਰ ਸਕਦਾ। ਅਤੇ ਗੁੱਡ ਲਾਈਫ ਦੇ ਆਪਣੇ ਬੰਦਿਆਂ ਦੀ ਇੱਦਾਂ ਦੀਆਂ ਹਜ਼ਾਰਾਂ ਵੀਡੀਓ ਹੋਣੀਆਂ ਇੰਸਟਾਗ੍ਰਾਮ 'ਤੇ, ਯੂਟਿਊਬ 'ਤੇ, ਜਿਸ 'ਚ ਵੀ ਉਹ ਬੰਦੇ ਸ਼ੂਟ ਕਰਦੇ ਨੇ, ਹੈ ਨਾ। ਅਤੇ ਪਤਾ ਨਹੀਂ ਕਿਸ ਹਿਸਾਬ ਨਾਲ ਉਹਨੇ ਮੈਨੂੰ ਕਹਿ ਦਿੱਤਾ ਹੈ ਵੀ ਹੱਦ ਹੀ ਹੋ ਗਈ, ਮੇਨ ਗੱਲ ਵੀ ਤੁਹਾਨੂੰ ਦੱਸਦੇ ਉਹਨੇ ਕਿਹਾ ਕਿਉਂ। ਅਤੇ ਉਹ ਤੋਂ ਬਾਅਦ ਮੈਨੂੰ ਆਉਂਦੀ ਵੀ ਤੁਹਾਡੀ ਜਿਹੜੀ ਡਰੈਸ ਆ ਇਹ ਮਤਲਬ ਕਿ ਸਹੀ ਨਹੀਂ ਗਈ, ਹੈ ਨਾ, ਜਿਮ ਵਾਲੀ ਨਹੀਂ ਆ। ਅਤੇ ਮੈਂ ਫਿਰ ਉਹਨੂੰ ਇਹ ਕਿਹਾ, ਮੈਂ ਕਿਹਾ ਵੀ ਇਹ ਵੀ ਮੈਨੂੰ ਘੱਟੋ ਘੱਟ 4 ਕੁ ਸਾਲ ਹੋ ਗਏ ਨੇ ਬਾਣਾ ਪਾਉਂਦੇ ਹੋਏ, ਜਿਮ 'ਚ ਆਉਂਦੇ ਆ। ਅਤੇ ਨਾਲੇ ਮੈਂ ਜਿੱਦਣ ਫਸਟ ਡੇ ਜਿਮ ਵਿੱਚ ਬਾਣਾ ਪਾ ਕੇ ਜਾਣਾ ਸੀਗਾ, ਠੀਕ ਹੈ ਜੀ, ਉਦਣ ਮੈਂ ਪੁੱਛਿਆ ਸੀਗਾ ਕਿ ਮੈਂ ਆਪਣੇ ਇਸ ਰਿਲੀਜੀਅਸ 'ਚ ਲਿਬਾਸ ਵਿੱਚ ਜਿਮ ਆ ਸਕਦਾ, ਵਰਕਆਊਟ ਕਰ ਸਕਦਾ, ਕੋਈ ਪ੍ਰੋਬਲਮ ਤਾਂ ਨਹੀਂ। ਅਤੇ ਉਹਨਾਂ ਨੇ ਮੈਨੂੰ ਅਲਾਓ ਕੀਤਾ ਵੀ ਹਾਂ ਵੀ ਕੋਈ ਪ੍ਰੋਬਲਮ ਨਹੀਂ ਇੱਦਾਂ ਦੀ, ਤੁਸੀਂ ਆ ਸਕਦੇ, ਹੈ ਨਾ। ਅਤੇ ਮੇਨ ਗੱਲ ਇਹ ਆ ਵੀ ਉਹ ਜਿੱਦਾਂ ਸਿੱਖਾਂ ਤੋਂ ਥੋੜ੍ਹਾ ਕਰਦੀ ਆ, ਅਤੇ ਰੇਸਿਜ਼ਮ ਕੀਤਾ ਉਹਨੇ, ਅਤੇ ਵੀ ਹਾਂ ਜੀ ਇਹ ਬੰਦੇ ਨੂੰ ਬੈਨ ਕਰ ਦਈਏ। ਚਲੋ ਉਹਨੇ ਇੰਨੀ ਗੱਲ ਕੀਤੀ। ਦਾਸ ਵੀ ਉਦੋਂ ਟਰੱਕ ਲੈ ਕੇ ਕਾਫੀ ਦੂਰ ਗਿਆ ਸੀਗਾ, ਅਤੇ ਗਰਮੀ ਬੜੀ, ਮੈਂ ਆਪ ਥੱਕਿਆ ਟੁੱਟਿਆ ਹਾਂ। ਅਤੇ ਮੈਂ ਉਹਨੂੰ ਕਹਿ ਦਿੱਤਾ ਵੀ ਜੋ ਮੇਰੇ ਕੋਲ ਗਲਤੀ ਹੋਈ ਆ ਉਹ ਇਹ ਹੋ ਗਈ, ਮੈਂ ਉਹਨੂੰ ਕਹਿ ਦਿੱਤਾ ਵੀ ਤੂੰ ਮੇਰੀ ਮੈਂਬਰਸ਼ਿਪ ਕੈਂਸਲ ਕਰ ਦੇ। ਉਹਨੇ ਵੀ ਦਵਾ ਦਵ ਕਰਤੀ ਤੇਜ਼ ਹੀ, ਉਹ ਮੈਨੂੰ ਉਦੋਂ ਸੁੱਝੀ ਨਹੀਂ ਮੇਰੇ ਕੋਲ ਇਹ ਗਲਤੀ ਹੋ ਗਈ, ਹੈ ਨਾ, ਵੀ ਮੈਨੂੰ ਜਾਣਾ ਚਾਹੀਦਾ। ਜਦੋਂ ਕਹਿੰਦੀ ਫਿਰ ਆਪਾਂ ਉੱਥੇ ਕੋਈ ਕਾਰਵਾਈ ਕਰ ਸਕਦੇ। ਅਤੇ ਬਹੁਤ ਹੀ ਸਿੰਘਾਂ ਦਾ, ਸਾਰੇ ਬੜੇ ਸਿੱਖਾਂ ਦਾ ਸਹਿਯੋਗ ਕੀਤਾ ਉਹਨਾਂ ਨੇ, ਬੜਾ ਪਿਆਰ ਕੀਤਾ, ਬੜੇ ਸਾਰਿਆਂ ਨੇ ਕਿਹਾ ਵੀ ਆਪ ਜੀ ਦੱਸੋ, ਅਤੇ ਜੇ ਉਹ ਵੀ ਤੁਸੀਂ ਚਾਹੁੰਦੇ ਅਸੀਂ ਤੁਹਾਡੇ ਨਾਲ, ਹੈ ਨਾ, ਬੜਾ ਪ੍ਰੇਮ ਕੀਤਾ। ਕਈਆਂ ਨੇ ਇਹ ਵੀ ਕਿਹਾ ਵੀ ਅਸੀਂ
ਜੇ ਇਹ ਜਿਮ ਹੀ ਛੱਡ ਦੇਣੀ, ਇੱਥੇ ਨਹੀਂ ਜਾਣਾ, ਗੁੱਡ ਲਾਈਫ ਨਹੀਂ ਜਾਣਾ, ਹੈ ਨਾ, ਬੋਇਕਾਟ ਗੁੱਡ ਲਾਈਫ ਫਿਟਨੈਸ ਦੇ ਉਹਨਾਂ ਨੇ ਹੈਸ਼ਟੈਗ ਵੀ ਚਲਾਇਆ। ਚਲੋ ਬਹੁਤ ਬਹੁਤ ਧੰਨਵਾਦ, ਪਰ ਅਸੀਂ ਅਗਲੇ ਹੋਰ ਕਿਸੇ ਜਿਮ 'ਚ ਜਾਣ ਲੱਗ ਪਏ ਜਿੱਥੇ ਮੇਰਾ ਜਾਣ ਦਾ ਮਨ ਵੀ ਸੀਗਾ, ਪਰ ਇਸ ਜਿਮ 'ਚ ਆਪਾਂ ਤਾਂ ਜਾਂਦੇ ਸੀਗੀ, ਇੱਥੇ ਆਪਣੇ ਸਿੰਘ ਆਉਂਦੇ ਨੇ, ਉਹਨਾਂ ਦੇ ਦਰਸ਼ਨ ਮਿਲੇ ਹੋ ਜਾਂਦੇ ਨੇ, ਅਤੇ ਚਲੋ ਇੱਕ ਖੁਸ਼ੀ ਜੀ ਮਿਲ ਜਾਂਦੀ ਵੀ ਸਿੰਘਾਂ ਦੇ ਦਰਸ਼ਨ ਹੋ ਗਏ ਆ, ਸਮਝ ਲਓ ਵੀ ਮਹਾਰਾਜ ਦੇ ਦਰਸ਼ਨ ਹੋ ਗਏ, ਚੜ੍ਹਦੀ ਕਲਾ ਆ ਗਈ। ਇਸ ਕਰਕੇ ਜਿਮ 'ਚ ਜਾਂਦੇ ਸੀਗੇ, ਹੈ ਨਾ, ਐਜ਼ ਅ ਪਾਵਰ ਲਿਫਟਰ ਜਿਮ ਪ੍ਰੋਫੈਸ਼ਨ ਚੱਲਣਾ ਹੋਵੇ ਤਾਂ ਮੈਨੂੰ ਬੜਾ ਮਤਲਬ ਕਿ ਘਾਟਾ ਵੀ ਸੀ ਇਸ ਜਿਮ 'ਚ, ਪਰ ਇੱਕ ਪ੍ਰੇਮ ਦੀ ਗੱਲ ਹੁੰਦੀ ਆ, ਗੁਰੂ ਦੇ ਸਿੰਘਾਂ ਦੇ ਉੱਤੇ ਕੋਈ ਵੀ ਨਹੀਂ, ਅਤੇ ਕੁਦਰਤੀ ਮਾਹੌਲ ਵੀ ਇੱਦਾਂ ਦਾ ਹੀ ਬਣ ਗਿਆ। ਅਤੇ ਦੇਖੋ ਗੱਲ ਇਹ ਆ ਵੀ ਇਹ ਇੱਕ ਨਾ ਬੜੀ ਮੂਰਖਤਾ ਹੀ ਕੀਤੀ ਉਸ ਬੀਬੀ ਨੇ, ਵੀ ਇਹ ਬੇਵਫਾਈਆਂ ਵਾਲੀਆਂ ਗੱਲਾਂ ਇੰਨੀ ਉਮਰ ਦੀ ਹੋ ਕੇ ਅਤੇ ਇਹ ਗੱਲਾਂ ਕਰਨ ਡਈ ਆ, ਅਤੇ ਉਹਨੇ ਦਲੀਲ ਵੀ ਕੋਈ ਉਹਦੇ ਕੋਲ ਨਹੀਂ ਸੀਗੀ, ਅਤੇ ਰੀਜ਼ਨ ਉਹਨੇ ਮੈਨੂੰ ਮਤਲਬ ਕਿ ਬਹੁਤ ਹੀ ਨਖੇਧੇ ਰੀਜ਼ਨ ਦਿੱਤੇ, ਹੈ ਨਾ, ਅਤੇ ਮੇਰੀਆਂ ਮਤਲਬ ਕਿੰਨੀਆਂ ਵੀਡੀਓ ਹੋਣੀਆਂ ਨੇ ਇੱਥੇ ਇੰਸਟਾਗ੍ਰਾਮ 'ਤੇ। ਮੈਂ ਬਿਨਾਂ ਬੂਟਾਂ ਤੋਂ ਪਹਿਲੀ ਗੱਲ ਕਦੀ ਜਿਮ ਗਿਆ ਹੀ ਨਹੀਂ, ਬਿਨਾਂ ਬੂਟਾਂ ਤੋਂ ਜਾਣਾ ਕਿਉਂ ਆ, ਜਾਂ ਤਾਂ ਹੁਣ ਮੇਰੇ ਕੋਲ ਬੂਟ ਨਹੀਂ ਹੈਗੇ, ਹੈ ਨਾ, ਅਤੇ ਤਾਂ ਤਾਂ ਫਿਰ ਗੱਲ ਵੀ ਬਣਦੀ ਆ, ਅਤੇ ਬਹੁਤ ਮੂਰਖ ਵਾਲੀ ਗੱਲ, ਅਤੇ ਵੀਡੀਓ ਸ਼ੂਟ ਵਾਲੀ ਵੀ ਨਖਿੱਧ ਗੱਲ ਸੀਗੀ, ਕਿਉਂਕਿ ਹਜ਼ਾਰਾਂ ਬੰਦੇ ਉੱਥੇ ਸ਼ੂਟ ਖੁਦ ਕਰਦੇ ਨੇ, ਇਹ ਆਪ ਕਰਦੇ ਨੇ, ਅਤੇ ਈਵਨ ਦੋ ਕਿ ਇਹ ਅਸੀਂ ਜਿਮ ਲਾਉਂਦੇ ਹਾਂ, ਇਹਨਾਂ ਜੈਲਸੀ, ਇਹ ਵੀ ਇਹ ਬੰਦੇ ਮਿਹਨਤ ਕਰਦੇ ਨੇ, ਸਿੰਘ ਬੰਦੇ ਨੇ, ਹੈ ਨਾ, ਉੱਥੇ ਹੁਣ ਇੱਦਾਂ ਦੇ ਬੰਦੇ ਨੇ ਜਿਹੜੇ ਕੁੜੀਆਂ ਮੁੰਡੇ ਆਉਂਦੇ ਨੇ ਉਹ ਕੱਖ ਵੀ ਨਹੀਂ ਕਰਦੇ, ਹੈ ਨਾ, ਉਹ ਹੋਰ ਹੀ ਗਲਤ ਕਾਰਜ ਕਰਦੇ ਰਹਿੰਦੇ ਨੇ ਉੱਥੇ, ਉਹ ਇਹਨਾਂ ਨੂੰ ਚੰਗੇ ਲੱਗਦੇ ਆ, ਉਹਨਾਂ ਨੂੰ ਇਹ ਕਹਿੰਦੇ ਪਬਲਿਕ ਪਲੇਸ ਆ, ਇੱਥੇ ਕੁੜੀ ਮੁੰਡਾ ਕੁਝ ਵੀ ਕਰ ਸਕਦੇ, ਅਤੇ ਜੇ ਕੁੜੀ ਮੁੰਡਾ ਤਾਂ ਕੁਝ ਵੀ ਕਰ ਸਕਦੇ ਆ, ਅਤੇ ਤੁਸੀਂ ਸਿੱਧੀ ਜੀ ਗੱਲ ਆ ਵੀ ਉਹ ਤੋਂ ਵੇਟ ਵੂਟ ਹਟਾ ਕੇ ਅਤੇ ਇਹਨਾਂ ਨੂੰ ਉੱਥੇ ਹੋਟਲ ਬਣਾ ਦਿਉ, ਹੈ ਨਾ, ਸਾਡੇ ਕੋਲ ਤੁਸੀਂ ਇੰਨੇ ਇੰਨੇ ਪੈਸੇ ਲੈ ਰਹੇ ਜੀ, ਸਾਨੂੰ ਹੀ ਤੁਸੀਂ ਜਿੰਮਾਂ 'ਚੋਂ ਬੈਨ ਕਰ ਰਹੇ ਜੀ, ਸਾਨੂੰ ਹੀ ਤੁਸੀਂ ਮਾੜਾ ਕਹਿਣ ਡੇ, ਅਸੀਂ ਮਤਲਬ ਕਿ ਇੱਕ ਗੋਲ ਲੈ ਕੇ ਜਿੰਮ 'ਚ ਜਾਈਦਾ ਵੀ ਆ ਯਾਰ ਅਸੀਂ ਆਹ ਸਾਡਾ ਗੋਲ ਆ, ਅਸੀਂ ਅੱਗੇ ਵਧਣਾ ਜਾਂ ਕੁਝ ਕਰਨਾ, ਜਿਹੜੇ ਕੁਝ ਕਰਦੇ ਹੀ ਨਹੀਂ ਆ ਉੱਥੇ ਚੁੰਮਾਂ ਚਾਟੀਆਂ ਜਾਂ ਕਰੀ ਜਾਂਦੇ ਆ, ਹੋਰ ਗੰਦ ਪਾਈ ਜਾਂਦੇ ਉੱਥੇ, ਹੈ ਨਾ, ਉਹ ਤੁਹਾਨੂੰ ਵਧੀਆ ਲੱਗਦੇ, ਉਹਨਾਂ ਨੂੰ ਤੁਸੀਂ ਕਹਿੰਦੇ ਵੀ ਇਹ ਅਲਾਊਡ ਨੇ, ਪਬਲਿਕ ਪਲੇਸ ਹੈ, ਕੁਝ ਵੀ ਕਰ ਸਕਦੇ, ਹੈ ਨਾ, ਸ਼ਰਮ ਵਾਲੀ ਗੱਲ ਆ, ਬਹੁਤ ਸ਼ਰਮ ਵਾਲੀ ਗੱਲ ਆ। ਚਲੋ ਕੋਈ ਗੱਲ ਨਹੀਂ, ਮਹਾਰਾਜ ਦੀ ਕਿਰਪਾ, ਅਸੀਂ ਤਾਂ ਨਵੇਂ ਜਿੰਮ 'ਚ ਚੱਲ ਗਏ ਹਾਂ, ਜਿੰਮ ਵੀ ਬਹੁਤ ਵਧੀਆ, ਅਤੇ ਉੱਥੇ ਮੈਂ ਅੱਗੇ ਵੀ ਜਾਂਦਾ ਰਿਹਾ ਹਾਂ, 2-3 ਹਫ਼ਤੇ ਗਿਆ ਮੈਂ ਲਗਾਤਾਰ, ਪਰ ਮਹਾਰਾਜ ਦੀ ਚੜ੍ਹਦੀ ਕਲਾ ਵੀ ਵਿੱਧ ਬਣਾਈ ਸੀਗੀ, ਗੁਰੂ ਮਹਾਰਾਜ ਨੇ ਉੱਥੇ ਭੇਜਤਾ, ਹੁਣ ਆਪਣੇ ਗੋਲ ਨੂੰ ਅੱਗੇ ਲੈ ਕੇ ਜਾਵਾਂਗੇ, ਹੋਰ ਮਿਹਨਤ ਕਰਾਂਗੇ, ਵਧੀਆ ਜਗ੍ਹਾ ਮਿਲ ਗਈ, ਵਧੀਆ ਐਕਸੈਸਰੀਆਂ ਮਿਲ ਗਈਆਂ, ਸਾਰਾ ਕੁਝ ਵਧੀਆ, ਅਤੇ ਹੁਣ ਆਪਾਂ ਹੋਰ ਵਧੀਆ ਕਰ ਸਕਦੇ ਹਾਂ, ਗੁਰੂ ਭਲਾ ਕਰੇ, ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਦਾਸ ਦੇ ਨਾਲ ਖੜ੍ਹੇ ਹੋ, ਇੱਦਾਂ ਹੀ ਖੜ੍ਹੇ ਰਹੋ, ਆਪਣਾ ਆਸ਼ੀਰਵਾਦ ਬਣਾਈ ਰੱਖਿਓ, ਮਹਾਰਾਜ ਕਿਰਪਾ ਕਰਨ, ਆਪਾਂ ਜ਼ਰੂਰ ਕੁਝ ਨਾ ਕੁਝ ਵਧੀਆ ਕਰਾਂਗੇ, ਅਤੇ ਆਪ ਜੀ ਨੂੰ ਜੋ ਵੀ ਜਾਣਕਾਰੀ ਹੋਊਗੀ ਮੋਟੀਵੇਸ਼ਨ ਫਿਟਨੈਸ ਬਾਰੇ ਉਹ ਦਿੰਦੇ ਰਹਾਂਗੇ, ਕਮੈਂਟ ਕਰਕੇ ਦੱਸਿਓ, ਬੜਾ ਚਿਰ ਹੋ ਗਿਆ, ਅਗਲਾ ਟੋਪਿਕ ਦੱਸੋ ਆਪਾਂ ਕਿਸ ਟੋਪਿਕ ਦੇ ਉੱਤੇ ਵੀਡੀਓ ਬਣਾਈਏ, ਫਿਰ ਉਹਦੇ ਉੱਤੇ ਆਪਾਂ ਨੈਕਸਟ ਵੀਡੀਓ ਬਣਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।